ਇਹ ਅਹਿਮ ਕੈਬਨਿਟ ਮੀਟਿੰਗ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਹੇਠ ਹੋਈ। ਬਹੁਤ ਸਾਰੀਆਂ ਕੈਬਨਿਟ ਦੇ ਅੰਦਰ ਵੱਡੇ ਵੱਡੇ ਫੈਸਲੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਣਾ ਗਾ, ਵੱਡੇ ਪੱਧਰ 'ਤੇ ਸੁਧਾਰ ਹੋਣਾ ਗਾ। ਉਹ ਫੈਸਲੇ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਪੰਜਾਬ 'ਚ ਅੱਜ ਲੈ ਗਏ। ਸਭ ਤੋਂ ਅਹਿਮ ਫੈਸਲਾ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ। ਜਿਹੜੀਆਂ ਸਪੈਸ਼ਲ ਅਦਾਲਤਾਂ 'ਚ ਪੋਕਸੋ ਐਕਟ ਦੇ ਅਧੀਨ ਦੋ ਅਦਾਲਤਾਂ ਦਾ ਗਠਨ ਤਰਨ ਤਾਰਨ ਅਤੇ ਸੰਗਰੂਰ ਦੋ ਸਪੈਸ਼ਲ ਕੋਰਟਾਂ ਦਾ ਗਠਨ ਕੀਤਾ ਗਿਆ, ਕਿਉਂਕਿ ਜਿੱਥੇ ਕਿਤੇ ਸਾਡੇ ਬੱਚਿਆਂ ਦੇ ਨਾਲ ਅਪਰਾਧ ਹੁੰਦਾ ਗਾ, ਉਹ ਬੱਚਿਆਂ ਨੂੰ ਜਲਦੀ ਇਨਸਾਫ ਦੇਣ ਦੇ ਮਕਸਦ ਲਈ ਕਿ ਬੱਚਿਆਂ ਨੂੰ ਜਲਦੀ ਇਨਸਾਫ ਮਿਲੇ, ਉਹਨਾਂ ਨੂੰ ਲੰਬਾ ਸਮਾਂ ਅਦਾਲਤਾਂ ਦੇ ਚੱਕਰ ਨਾ ਕੱਟਣੇ ਪੈਣ, ਹਰਾਸ ਨਾ ਹੋਣਾ ਪਵੇ, ਉਹਦੇ ਲਈ ਜਿਹੜੀਆਂ ਸਪੈਸ਼ਲ ਕੋਰਸ ਜਿਵੇਂ ਕਿ ਰੇਪ ਦੇ ਕੇਸ ਜਾਂ ਹੋਰ ਛੋਟੇ ਕੇਸ, ਛੇੜਛਾੜ ਦੇ ਕੇਸ ਜਾਂ ਜਿਸ ਤਰ੍ਹਾਂ ਵੀ ਮੈਂ ਸਮਝਦਾ ਜਿਹੜਾ ਵੀ ਕ੍ਰਾਈਮ ਅਗੇਂਸਟ ਚਾਈਲਡ ਹੁੰਦਾ ਗਾ ਜਾਂ ਜਿਹੜਾ ਵੀ ਕ੍ਰਾਈਮ 18 ਸਾਲ ਤੋਂ ਘੱਟ ਦੇ ਬੱਚਿਆਂ ਨਾਲ ਹੁੰਦਾ ਗਾ, ਉਹਨੂੰ ਰੋਕਣ ਦੇ ਲਈ, ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਲਈ ਦੋ ਕੋਰਟਾਂ ਦਾ ਗਠਨ, ਜਿਹੜਾ ਸੰਗਰੂਰ 'ਚ, ਇੱਕ ਸੰਗਰੂਰ ਅਤੇ ਦੂਸਰਾ ਤਰਨ ਤਾਰਨ, ਦੋ ਅਸਾਮੀਆਂ ਦੀ ਰਚਨਾ ਕੀਤੀ ਗਈ ਆ। ਇਹਦੇ ਨਾਲ ਹੀ ਲਗਭਗ 20 ਹੋਰ ਅਸਾਮੀਆਂ ਜਿਹੜੇ ਕਿ ਸਾਡੇ ਉਹਨਾਂ ਕੋਰਟਾਂ 'ਚ ਆਫਿਸਰ ਸਾਹਿਬਾਨ ਹੋਣਗੇ, ਖਾਸ ਕਰਕੇ ਅਮਲਾ ਫੈਲਾ ਜਿਹਨੂੰ ਕਹਿ ਦਈਏ, ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ। ਇਹਦੇ ਨਾਲ ਬਹੁਤ ਵੱਡਾ ਇੱਕ ਲਾਭ ਮੈਂ ਸਮਝਦਾ ਹੋਊਗਾ, ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਦੇਰੀ ਹੁੰਦੀ ਸੀਗੀ, ਉਹ ਦੇਰੀ ਖਤਮ ਹੋਊਗੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੂਗਾ। ਇਸ ਤੋਂ ਬਿਨਾਂ ਲਗਭਗ 3842 ਅਸਥਾਈ ਅਸਾਮੀਆਂ ਜਿਹੜੀਆਂ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ, ਪੰਜਾਬ ਦੀਆਂ ਕੋਰਟਸ ਦੇ ਅੰਦਰ ਲਗਭਗ 20 ਸਾਲ ਤੋਂ ਟੈਂਪਰੇਰੀ ਬੇਸ ਦੇ ਉੱਤੇ ਸਾਲ ਦਰ ਸਾਲ ਉਹਨਾਂ ਨੂੰ ਵਾਧਾ ਮਿਲਦਾ ਸੀਗਾ। 3842 ਪੋਸਟਾਂ, ਉਹਨਾਂ 3842 ਪੋਸਟਾਂ ਨੂੰ ਜਿਹੜਾ ਹੈਗਾ ਅੱਜ ਪਰਮਾਨੈਂਟ ਤੌਰ ਦੇ ਉੱਤੇ ਬਣਾਇਆ ਗਿਆ ਗਾ, ਤਾਂ ਕਿ ਸਾਡੇ ਮੁਲਾਜ਼ਮ ਖੱਜਲ ਖੁਆਰ ਨਾ ਹੋਣ ਔਰ ਉਹ 3842 ਪੋਸਟਾਂ ਨੂੰ ਅੱਜ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਕਿ 3842 ਪੋਸਟਾਂ ਜਿਹੜੀਆਂ ਨੇਗੀਆਂ ਉਹ ਹੁਣ ਪਰਮਾਨੈਂਟ ਹੋਣਗੀਆਂ। ਹੁਣ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਹੈਗਾ ਸਾਲ ਤੋਂ ਬਾਅਦ ਜਿਹੜਾ ਹੈਗਾ ਉਹ ਐਕਸਟੈਂਸ਼ਨ ਲੈਣ ਦੇ ਚੱਕਰ ਨਹੀਂ ਕੱਢਣੇ ਪੈਣਗੇ। ਇਸੇ ਤਰ੍ਹਾਂ ਪੰਜਾਬ ਦੇ ਅੰਦਰ ਮੈਡੀਕਲ ਸਹੂਲਤਾਂ 'ਚ ਡਾਕਟਰਾਂ ਦੀਆਂ 1300 ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ
ਜੋ ਮਿਸ਼ਨ ਸਾਡੀ ਪਾਰਟੀ ਦਾ ਗਾ, ਜੋ ਸਾਡੀ ਗਰੰਟੀ ਸੀਗੀ ਕਿ ਪੰਜਾਬ ਦੇ ਅੰਦਰ ਅਸੀਂ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ, ਮੈਂ ਸਮਝਦਾ ਉਹ ਡਾਕਟਰਾਂ ਤੋਂ ਬਿਨਾਂ ਅਧੂਰੀਆਂ ਹੁੰਦੀਆਂ ਨੇਗੀਆਂ। ਜੇਕਰ ਹੌਸਪੀਟਲਾਂ 'ਚ ਡਾਕਟਰ ਨਹੀਂ ਹੋਣਗੇ ਤਾਂ ਉਹ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਸਕਣਗੀਆਂ। ਔਰ ਅੱਜ ਕੈਬਨਿਟ ਦੇ ਅੰਦਰ ਫੈਸਲਾ ਹੋਇਆ ਕਿ ਲਗਭਗ 1300 ਅਸਾਮੀਆਂ ਅਸੀਂ ਡਾਕਟਰਾਂ ਦੀਆਂ ਭਰਨੀਆਂ ਨੇਗੀਆਂ, ਜਿਹਦੇ ਵਿੱਚ ਉਹ ਡਾਕਟਰ ਸਾਡੇ ਹੌਸਪੀਟਲਾਂ 'ਚ ਹੋਣਗੇ, ਉਹ ਡਾਕਟਰ ਸਾਡੇ ਮਹੱਲਾ ਕਲੀਨਿਕ 'ਚ ਹੋਣਗੇ, ਉਹ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਵਿੱਚ ਹੋਣਗੇ, ਔਰ ਫੇਜ਼ ਵਾਈਜ਼ ਉਹਨਾਂ ਦੀ ਜਿਹੜੀ ਆ ਅਸੀਂ ਭਰਤੀ ਨੂੰ ਪ੍ਰਵਾਨਗੀ ਦਿੱਤੀ ਆ ਕਿ 1300 ਅਸਾਮੀਆਂ ਦੇ ਵਿੱਚੋਂ ਪਹਿਲਾਂ 400 ਅਸਾਮੀਆਂ ਪਹਿਲੇ ਗੇੜ ਵਿੱਚ ਜਿਹੜੀਆਂ ਭਰੀਆਂ ਜਾਣਗੀਆਂ। ਪ੍ਰਕਿਰਿਆ ਜਿਹੜੀ ਆ ਉਹ ਕੰਟੀਨਿਊ ਜਾਰੀ ਰਹੇਗੀ ਤਾਂ ਕਿ ਕਿਤੇ ਵੀ ਜਿਹੜੀ ਆ ਡਾਕਟਰਾਂ ਦੀ ਘਾਟ ਨਾ ਰਹੇ। ਇਹ ਬੜੇ ਲੰਬੇ ਅਰਸੇ ਦੀ ਮੰਗ ਸੀਗੀ, ਔਰ ਇਹਦੇ ਨਾਲ ਹੀ ਇਹ ਸਾਰੀਆਂ ਅਸਾਮੀਆਂ ਜਿਹੜੀਆਂ ਨੇਗੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਥਰੂ ਭਰੀਆਂ ਜਾਣਗੀਆਂ, ਕਿਉਂਕਿ PPSC ਦੇ ਰਾਹੀਂ ਕਾਫੀ ਲੰਬਾ ਇੱਕ ਪ੍ਰੋਸੈਸ ਸੀ। PPSC ਦੇ ਪ੍ਰਵਿਊ 'ਚੋਂ ਕੱਢ ਕੇ ਇਹ ਸਾਡਾ ਅਸੀਂ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਨੂੰ ਦਿੱਤੀਆਂ ਨੇਗੀਆਂ ਤਾਂ ਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਜਲਦੀ ਪੂਰੀ ਹੋ ਸਕੇ। ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ 30 ਬੈੱਡਾਂ ਦਾ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਹੈਗਾ, ਉਹਦੇ ਵਿੱਚ ਵੀ ਵੱਖ ਵੱਖ ਕਾਡਰਾਂ ਦੀਆਂ 20 ਅਸਾਮੀਆਂ, ਕਿਉਂਕਿ ਹੌਸਪੀਟਲ ਤਾਂ ਬਣ ਗਿਆ ਸੀਗਾ, ਪੁਰਾਣੀਆਂ ਸਰਕਾਰਾਂ ਨੇ ਮਨਜ਼ੂਰੀ ਨਹੀਂ ਦਿੱਤੀ ਸੀਗੀ ਤਾਂ ਕਿ ਉੱਥੇ ਨਾ ਡਾਕਟਰ ਤੈਨਾਤ ਹੋ ਸਕਦਾ ਸੀਗਾ, ਨਾ ਕੋਈ ਹੋਰ ਅਮਲਾ ਫੈਲਾ ਤੈਨਾਤ ਹੋ ਸਕਦਾ ਸੀਗਾ। ਸੋ ਅੱਜ 20 ਨਵੀਆਂ ਅਸਾਮੀਆਂ ਨੂੰ ਵੀ ਇਹ ਜਿਹੜੀ ਆ ਅੱਜ ਅਸੀਂ ਪ੍ਰਵਾਨਗੀ ਦਿੱਤੀ ਹੈਗੀ। ਇਹ ਮੈਂ ਸਮਝਦਾ ਇੱਕ ਵੱਡੇ ਫੈਸਲੇ ਜਿਹੜੇ ਹੋਏ ਨੇਗੇ। ਔਰ ਇਸ ਤੋਂ ਬਿਨਾਂ ਇੱਕ ਜਦੋਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਿੱਛੇ ਬਹੁਤ ਸਾਰੀਆਂ ਮੀਟਿੰਗਾਂ ਵਪਾਰ ਮਿਲਣੀਆਂ ਪੰਜਾਬ ਦੇ ਵਪਾਰੀਆਂ ਨਾਲ, ਚਾਹੇ ਉਹ ਅੰਮ੍ਰਿਤਸਰ ਸਾਹਿਬ ਹੋਣ, ਚਾਹੇ ਗੁਰਦਾਸਪੁਰ ਹੋਵੇ, ਚਾਹੇ ਲੁਧਿਆਣੇ ਹੋਵੇ, ਉੱਥੇ ਬਹੁਤ ਸਾਰੀਆਂ ਮਿਲਣੀਆਂ ਜਿਹੜੀਆਂ ਸਾਡੇ ਵਪਾਰੀਆਂ ਨਾਲ ਹੋਈਆਂ ਸੀਗੀਆਂ। ਔਰ ਮੋਟੀਆਂ ਦੋ ਮੰਗਾਂ ਜਿਹੜੀਆਂ ਮੈਂ ਸਮਝਦਾ ਉੱਭਰ ਕੇ ਸਾਹਮਣੇ ਆਈਆਂ ਸੀਗੀਆਂ, ਉਹਨਾਂ ਮੰਗਾਂ ਦੇ ਤਹਿਤ ਇਹ ਸੀਗਾ ਕਿ ਸਾਡੀਆਂ ਜਿਹੜੀ ਬੀਮਾ, ਜਿਹੜੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਜਿਹੜੀ ਬੀਮੇ ਦੀ ਇੱਕ ਲਿਮਿਟ ਸੀਗੀ, ਬੀਮੇ ਦੀ ਇਹ ਲਿਮਿਟ ਸੀ ਕਿ ਇੱਕ ਕਰੋੜ ਤੱਕ ਜਿਹੜਾ ਹੈਗਾ ਉਹਦਾ ਇਲਾਜ, ਉਸ ਵਪਾਰੀ ਦਾ ਇਲਾਜ ਮੁਕਤ ਹੋਣਾ ਸੀਗਾ। ਪਰ ਲੇਕਿਨ ਉਹਨਾਂ ਦੀ ਮੰਗ ਸੀ ਕਿ ਸਾਡੀ ਇਹ ਬੀਮੇ ਦੀ ਜਿਹੜੀ ਰਾਸ਼ੀ ਦੀ ਲਿਮਿਟ ਆ ਉਹ 2 ਕਰੋੜ ਰੁਪਏ ਕੀਤੀ ਜਾਵੇ, ਯਾਨੀ ਕਿ ਡਬਲ ਕੀਤੀ ਜਾਵੇ। ਇਹ ਚੰਦ ਦਿਨ ਪਹਿਲਾਂ ਇਹ ਡਿਮਾਂਡ ਥੋੜ੍ਹੇ ਦਿਨ ਪਹਿਲਾਂ ਆਈ ਸੀਗੀ, ਅੱਜ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਮੁੱਚੀ ਕੈਬਨਿਟ ਦੇ ਇੱਕ ਅਹਿਮ ਫੈਸਲਾ ਲੈਂਦਿਆਂ ਉਹ ਜਿਹੜੀ ਮੰਗ ਆ ਸਾਡੇ ਵਪਾਰੀ ਭਰਾਵਾਂ ਦੀ, ਪੰਜਾਬ ਦੇ ਵਪਾਰੀਆਂ ਦੀ, ਉਹ ਪ੍ਰਵਾਨ ਕੀਤੀ, ਉਹ ਰਾਸ਼ੀ ਜਿਹੜੀ ਆ ਉਹ ਵਧਾ ਕੇ ਉਹ 2 ਕਰੋੜ ਕੀਤੀ ਆ। ਸੋ ਮੈਂ ਸਮਝਦਾ ਇਹਦਾ ਬਹੁਤ ਵੱਡੇ ਪੱਧਰ 'ਤੇ ਵਪਾਰੀ ਭਰਾਵਾਂ ਨੂੰ, ਸਾਡਿਆਂ ਨੂੰ ਪੰਜਾਬ 'ਚ ਫਾਇਦਾ ਹੋਊਗਾ। ਇਸੇ ਤਰ੍ਹਾਂ ਪੰਜਾਬ ਹਾਊਸਿੰਗ ਦੇ ਅੰਦਰ ਜਿਹੜੀ ਕਿ ਐਕਸਟਰਨਲ ਡਿਵੈਲਪਮੈਂਟ ਚਾਰਜ ਹੁੰਦਾ ਸੀ, EDC ਦੇ ਚਾਰਜ, ਸਾਡੇ EDC ਦੇ ਚਾਰਜ ਖਾਸ ਕਰਕੇ ਕਲੋਨਾਈਜ਼ਰ ਜਿਹੜੇ ਕਿ ਕਾਫੀ ਸਮੇਂ ਤੋਂ ਜਿਨ੍ਹਾਂ ਦੇ ਪੈਂਡਿੰਗ ਪਏ ਸੀਗੇ ਉਹਨਾਂ ਦੀ ਮਿਆਦ ਖਤਮ ਹੋ ਚੁੱਕੀ ਸੀਗੀ। ਸੋ ਉਹਦੇ ਲਈ ਅਸੀਂ 3 ਕਿਸ਼ਤਾਂ ਉਹਨੂੰ 1.5 ਸਾਲ ਉਹਨਾਂ ਨੂੰ ਹੋਰ ਸਮਾਂ, ਪੰਜਾਬ ਦੇ ਜਿਹੜੇ ਡਿਵੈਲਪਰ ਨੇਗੇ, ਪੰਜਾਬ ਦੇ ਕਲੋਨਾਈਜ਼ਰ ਨੇਗੇ, ਉਹਨਾਂ ਨੂੰ 1.5 ਸਾਲ ਦਾ ਹੋਰ ਸਮਾਂ ਦਿੱਤਾ ਗਾ ਕਿ 1.5 ਸਾਲ ਦੇ ਅੰਦਰ ਤੁਸੀਂ 3 ਕਿਸ਼ਤਾਂ 'ਚ, 6-6 ਮਹੀਨਿਆਂ ਬਾਅਦ 3 ਕਿਸ਼ਤਾਂ ਦੇ ਵਿੱਚ ਤੁਸੀਂ ਜਿਹੜੇ ਐਕਸਟਰਨਲ ਡਿਵੈਲਪਮੈਂਟ ਚਾਰਜ ਨੇਗੇ ਉਹ ਭਰਾਓ,
ਤਾਂ ਕਿ ਕਿਸੇ ਕਿਸਮ ਦੀ ਦਿੱਕਤ ਆਮ ਲੋਕਾਂ ਨੂੰ ਨਾ ਰਹੇ, ਕਿਉਂਕਿ ਉਹ ਡਿਵੈਲਪਮੈਂਟ ਚਾਰਜ ਨਾ ਭਰਾਉਣ ਦੇ ਕਾਰਨ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਕਲੋਨੀਆਂ ਦੇ ਅੰਦਰ ਲੋਕ ਰਹਿੰਦੇ ਨੇਗੇ ਜਾਂ ਉਹਨਾਂ ਹਾਊਸਿੰਗ ਦੇ ਅੰਦਰ ਲੋਕ ਰਹਿੰਦੇ ਨੇਗੇ, ਉਹਨਾਂ ਦੀ ਬਹੁਤ ਭਾਰੀ ਦਿੱਕਤ ਆਉਂਦੀ ਸੀਗੀ। ਸੋ ਅੱਜ ਇੱਕ ਫੈਸਲਾ ਕੀਤਾ ਗਿਆ ਕਿ ਇਹਦੇ ਉਹ ਜਦੋਂ ਨਹੀਂ ਭਰੇ ਸੀ ਤਾਂ ਉਹਨਾਂ ਦੇ ਕੰਮ ਰੁਕ ਗਏ ਸੀ ਬਹੁਤ ਵੱਡੇ ਪੱਧਰ 'ਤੇ। ਸੋ ਅਸੀਂ 1.5 ਸਾਲ ਦਾ ਸਮਾਂ ਦਿੱਤਾ ਗਿਆ ਕਿ 6-6 ਮਹੀਨੇ 3 ਕਿਸ਼ਤਾਂ ਦੇ ਵਿੱਚ ਤੁਸੀਂ ਆਪਣੇ ਐਕਸਟਰਨਲ ਡਿਵੈਲਪਮੈਂਟ ਚਾਰਜ ਨੇ ਜਿਹੜੇ ਉਹ ਵੀ ਭਰਾਓ। ਇਸੇ ਤਰ੍ਹਾਂ ਇਹਨਾਂ ਵਪਾਰ ਮੇਲਣੀਆਂ ਦੇ ਦੌਰਾਨ ਇੱਕ ਹੋਰ ਵੱਡੀ ਮੰਗ ਜਿਹੜੀ ਸੀਗੀ ਪੰਜਾਬ 'ਚ ਉੱਭਰ ਕੇ ਸਾਹਮਣੇ ਆਈ ਸੀ, ਜਿਹੜੀ ਸਾਡੀ OTS ਵਨ ਟਾਈਮ ਸੈਟਲਮੈਂਟ ਸਕੀਮ ਆ, ਜਿਹੜੀ ਬੈਟ ਦੇ ਸਮੇਂ ਦੀ ਜਾਂ ਹੋਰ ਬਹੁਤ ਪੁਰਾਣੇ ਕੇਸਾਂ ਦੀ ਸਕੀਮ OTS ਦੀ ਅਸੀਂ ਕੱਢੀ ਸੀਗੀ, OTS 3 ਜਿਹਨੂੰ ਅਸੀਂ ਕਹਿ ਦਈਏ, ਜੇ ਮੈਂ 3 ਕਹਾਂ ਤਾਂ ਠੀਕ ਆ, OTS 2023 ਉਹਦਾ ਸਮਾਂ ਵਧਾਉਣ ਦੀ ਜਿਹੜੀ ਆ ਮੰਗ ਆਈ ਸੀ ਕਿ ਉਹ ਜੂਨ ਤੱਕ ਕਰ ਦਿੱਤਾ ਜਾਵੇ, ਤਾਂ ਕਿ ਜਿਹੜਾ ਹੈਗਾ, ਕਿਉਂਕਿ 15 ਮਾਰਚ ਤੋਂ ਤੁਹਾਨੂੰ ਪਤਾ ਕਿ ਹੁਣ ਕੋਰਟ ਦਾ ਪ੍ਰੋਸੈਸ ਸ਼ੁਰੂ ਹੋ ਜਾਣਾ ਹੈਗਾ, 31 ਮਾਰਚ ਤੋਂ ਬਾਅਦ ਕਾਫੀ ਸਾਰੀਆਂ ਦਿੱਕਤਾਂ ਸਾਡੇ ਪੰਜਾਬ ਦੇ ਵਪਾਰੀਆਂ ਨੂੰ ਆ ਰਹੀਆਂ ਸੀਗੀਆਂ। ਉਹ OTS ਸਕੀਮ ਦੇ ਤਹਿਤ ਜਿਹੜਾ ਅਸੀਂ 30 ਜੂਨ ਤੱਕ ਜਿਹੜਾ ਹੈਗਾ ਉਹ ਸਮਾਂ ਵਧਾਇਆ ਗਾ, ਔਰ 3 ਮਹੀਨੇ ਦੀ ਜਿਹੜੀ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਹੈਗੀ। ਸੋ ਇਹਦੇ ਨਾਲ ਜਿਹੜੀ ਮੈਂ ਇੱਕ ਹੋਰ ਵੀ ਤੁਹਾਡੇ ਨਾਲ ਅੰਕੜਾ ਸਾਂਝਾ ਕਰਾਂ ਕਿ OTS ਜਿਹੜੀ ਪਹਿਲੇ ਵਾਰ ਆਈ ਸੀਗੀ, ਉਸ OTS ਦੇ ਵਿੱਚ ਸਿਰਫ ਅਤੇ ਸਿਰਫ ਪਹਿਲੀ OTS 2021 'ਚ ਆਈ ਸੀ, ਉਹਦੇ 4,37,00,000 ਰੁਪਏ ਉਸ ਸਮੇਂ ਦੀ ਸਰਕਾਰ ਨੇ ਕਮਾਏ ਸੀ। OTS 2 ਜਿਹੜੀ ਦੂਜੀ ਸਰਕਾਰ ਨੇ ਕਾਂਗਰਸ ਪਾਰਟੀ ਸਮੇਂ ਆਈ ਸੀ, ਉਹਨੇ 4.93 ਕਰੋੜ ਰੁਪਏ ਉਹਦੇ 'ਚੋਂ ਬਚਾਏ ਸੀ। ਜਿਹੜੀ OTS 3 ਜਿਹੜੀ ਸਾਡੀ ਸਰਕਾਰ ਦੀ ਚੱਲ ਰਹੀ ਆ, ਪ੍ਰੈਜੈਂਟ OTS ਚੱਲ ਰਹੀ ਆ, ਇਹਦੇ ਵਿੱਚ 47,50,00,000 ਰੁਪਏ ਜਿਹੜੇ ਨੇਗੇ ਹੁਣ ਤੱਕ ਇਸ OTS ਦੇ ਰਾਹੀਂ ਪੰਜਾਬ ਸਰਕਾਰ ਨੂੰ ਮਿਲ ਚੁੱਕੇ ਨੇ। ਯਾਨੀ ਸਭ ਤੋਂ ਸਕਸੈਸਫੁਲ OTS ਸਕੀਮ ਜਿਹੜੀ ਆ ਇਹ ਪੰਜਾਬ ਦੇ ਵਪਾਰੀਆਂ ਲਈ, ਪੰਜਾਬ ਦੇ ਲੋਕਾਂ ਲਈ ਸਾਬਤ ਹੋਈ ਆ। ਹੁਣ ਤੱਕ ਲਗਭਗ 41,814 ਐਪਲੀਕੇਸ਼ਨ 41,814 ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਸਾਨੂੰ ਰਿਸੀਵ ਹੋ ਚੁੱਕੀਆਂ ਨੇ, ਜਿਨ੍ਹਾਂ ਦਾ 1,00,000 ਤੱਕ ਦਾ 100% ਵੇਵ ਆਫ ਹੋਣਾ ਗਾ, 100% ਮਾਫ ਹੋਣਾ ਗਾ, ਉਹ 100% ਐਪਲੀਕੇਸ਼ਨਾਂ ਡਿਪਾਰਟਮੈਂਟ ਕੋਲ ਆ ਚੁੱਕੀਆਂ ਨੇ। ਯਾਨੀ ਕਿ ਸਭ ਤੋਂ ਸਕਸੈਸਫੁਲ ਜਿਹੜੀ ਅੱਜ ਦੀ ਇਹ OTS 3 ਸਕੀਮ ਜਿਹੜੀ ਆ ਉਹ ਕਾਮਯਾਬ ਰਹੀ ਆ, ਔਰ ਲਗਾਤਾਰ ਇਸੇ ਗੱਲ ਕਰਕੇ ਅਸੀਂ ਇਹਦਾ 3 ਮਹੀਨੇ ਦਾ ਸਮਾਂ ਵਧਾਇਆ ਗਿਆ, ਕਿਉਂਕਿ ਵਪਾਰੀ ਪੰਜਾਬ ਦੇ ਵਪਾਰੀ ਭਰਾਵਾਂ ਦੀ ਇੱਕ ਵੱਡੀ ਜਿਹੜੀ ਉਹ ਮੰਗ ਸੀ, ਉਹ 30 ਜੂਨ ਤੱਕ ਇਹਦਾ ਅਸੀਂ ਸਮਾਂ ਵਧਾਇਆ ਗਿਆ। ਇਸੇ ਤਰ੍ਹਾਂ ਐਕਸਾਈਜ਼ ਪੋਲਸੀ, ਕਿਉਂਕਿ ਹਰੇਕ ਸਾਲ ਨਵੀਂ ਐਕਸਾਈਜ਼ ਪੋਲਸੀ ਹੋਂਦ ਵਿੱਚ ਆਉਂਦੀ ਆ, 31 ਮਾਰਚ ਨੂੰ ਸਾਲ ਦਾ ਐਂਡ ਹੁੰਦਾ ਗਾ, 31 ਮਾਰਚ ਤੋਂ ਪਹਿਲਾਂ ਨਵੀਂ ਐਕਸਾਈਜ਼ ਪੋਲਸੀ ਜਿਹੜੀ ਆ ਉਹ ਲੈ ਕੇ ਜਾਣੀ ਹੁੰਦੀ ਆ। ਸੋ ਨਵੀਂ ਐਕਸਾਈਜ਼ ਪੋਲਸੀ ਜਿਹੜੀ ਆ ਉਹ ਤੀਜੀ ਵਾਰ ਇਸ ਸਰਕਾਰ ਦੀ ਤੀਜੀ ਐਕਸਾਈਜ਼ ਪੋਲਸੀ ਜਿਹੜੀ ਆ ਉਹ ਪੰਜਾਬ 'ਚ ਲਿਆਂਦੀ ਗਈ ਆ। ਸੋ ਇਹਦੇ ਨਾਲ 10,000 ਕਰੋੜ ਤੋਂ ਉੱਪਰ ਦਾ ਮਾਲੀਆ ਪੰਜਾਬ ਸਰਕਾਰ ਨੂੰ ਪਹਿਲੀ ਵਾਰ ਪ੍ਰਾਪਤ ਹੋਊਗਾ।